ਵੱਡੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ, ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਹੋਇਆ ਮਨਜ਼ੂਰ। ਵੱਡੀ ਖਬਰ ਦੱਸ ਰਿਹਾ ਇੰਡੀਆ ਨਿਊਜ਼ ਪੰਜਾਬ ਤੇ, ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਮਨਜ਼ੂਰ ਹੋਇਆ। ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਮਨਜ਼ੂਰ ਕੀਤਾ। ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਅਸਤੀਫੇ ਨੂੰ ਲੈ ਕੇ ਸੀਐਮਓ ਦਾ ਬਿਆਨ ਸਾਹਮਣੇ ਆਇਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦਾ ਅਸਤੀਫਾ ਮਨਜ਼ੂਰ ਕੀਤਾ। ਮੁੱਖ ਮੰਤਰੀ ਨੇ ਅੱਜ ਹੀ ਅਸਤੀਫਾ ਪੜਿਆ। ਸੀਐਮਓ ਦਾ ਬਿਆਨ ਸਾਹਮਣੇ ਆਇਆ, ਮੁੱਖ ਮੰਤਰੀ ਨੇ ਅੱਜ ਅਸਤੀਫਾ ਪੜਿਆ, ਰਾਜਪਾਲ ਨੂੰ ਇਹ ਅਸਤੀਫਾ ਭੇਜਿਆ ਗਿਆ। ਸਰ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਮਨਜ਼ੂਰ ਹੋਇਆ। ਕੁਝ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਟਵਿੱਟਰ 'ਤੇ ਅਸਤੀਫੇ ਦੀ ਗੱਲ ਕਹੀ ਸੀ। ਰਾਹੁਲ ਗਾਂਧੀ ਨੂੰ ਅਸਤੀਫਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਅੱਜ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਨਜ਼ੂਰ ਕੀਤਾ ਗਿਆ। ਕਾਂਗਰਸ ਦਾ ਅੰਦਰੂਨੀ ਮਾਮਲਾ ਹੈਗਾ, ਪਰ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਉਮੀਦ ਸੀਗੀ ਨਵਜੋਤ ਸਿੰਘ ਸਿੱਧੂ ਤੋਂ। ਪੰਜਾਬ ਵਿੱਚ ਬਿਜਲੀ ਦੇ ਰੇਟ ਬਹੁਤ ਵਧੇ ਹੋਏ ਨੇ। ਪੰਜਾਬ ਇੱਕੋ ਇੱਕ ਸੂਬਾ ਹੈਗਾ ਦੇਸ਼ ਦਾ ਜਿੱਥੇ ਸਭ ਤੋਂ ਮਹਿੰਗੀ ਬਿਜਲੀ ਪੰਜਾਬ ਦੇ ਲੋਕਾਂ ਨੂੰ ਲੈਣੀ ਪੈ ਰਹੀ ਆ, ਜਦਕਿ ਸਭ ਇਹ ਸੂਬਾ ਬਿਜਲੀ ਪੈਦਾ ਕਰਦਾ ਹੈਗਾ, ਇੱਥੇ ਸਭ ਤੋਂ ਮਹਿੰਗੀ ਬਿਜਲੀ ਹੈਗੀ। ਔਰ ਰਹੀ ਗੱਲ ਨਵਜੋਤ ਸਿੰਘ ਸਿੱਧੂ ਦੀ, ਉਹਨਾਂ ਨੂੰ ਬੜਾ ਮੌਕਾ ਮਿਲਿਆ ਸੀ, ਬੜੀ ਅਪਰਚੁਨਿਟੀ ਮਿਲੀ ਸੀ, ਉਹਨਾਂ ਨੇ ਜਿਹੜੀ ਕਲਿੰਚ ਕਰਨੀ ਚਾਹੀਦੀ ਸੀ, ਉਹਨਾਂ ਨੂੰ ਉਸ ਮੌਕੇ ਦਾ ਖਿਜਾਉਣਾ ਨਹੀਂ ਚਾਹੀਦਾ ਸੀਗਾ, ਔਰ ਪੰਜਾਬ ਦੇ ਲੋਕਾਂ ਨੂੰ ਡਿਲੀਵਰ ਕਰਨਾ ਚਾਹੀਦਾ ਸੀ, ਪੰਜਾਬ ਦੇ ਲੋਕਾਂ ਨੂੰ ਭਲਾ ਕਰਨਾ ਚਾਹੀਦਾ ਸੀਗਾ। ਔਰ ਰਹੀ ਗੱਲ ਦੂਜੀ ਵੀ ਕੈਪਟਨ ਸਾਹਿਬ ਨੇ ਕੀ ਕੀਤਾ, ਕੈਪਟਨ ਸਾਹਿਬ ਦੀ ਕੋਟਰੀ ਆ, ਕੈਪਟਨ ਸਾਹਿਬ ਦੇ ਕਾਲੇ ਦੁਆਲੇ ਇੱਕ ਜੁੰਡਲੀ ਬਣੀ ਹੋਈ ਆ, ਕਰਪਟ ਲੋਕ ਨੇ ਕਿ ਉਹ ਲੋਕ ਕਦੇ ਵੀ ਨਹੀਂ ਚਾਹੁੰਦੇ ਕਿ ਕੋਈ ਇਮਾਨਦਾਰ ਆਦਮੀ ਕੋਈ ਸਰਵ ਕਰ ਸਕੇ, ਲੋਕਾਂ ਨੂੰ ਕੋਈ ਦੇ ਸਕੇ। ਨਵਜੋਤ ਸਿੰਘ ਸਿੱਧੂ ਕਾ ਅੱਜ ਰੈਜ਼ਿਗਨੇਸ਼ਨ ਐਕਸੈਪਟ ਹੁਆ, ਕਮ ਸੇ ਕਮ ਇਸ ਬਾਤ ਕੀ ਤਸੱਲੀ ਹੈ, ਪੰਜਾਬ ਕੇ ਅੰਦਰ ਜੋ ਇੱਕ ਅਨਸਰਟਿਨਿਟੀ ਬਣੀ ਹੋਈ ਥੀ, ਖਾਸ ਤੌਰ 'ਤੇ ਪਾਵਰ ਡਿਪਾਰਟਮੈਂਟ ਕੋ ਲੈ ਕੇ ਲਵਾਰਿਸ ਹੁਆ ਪੜਾ ਥਾ, ਔਰ ਇਸਕੇ ਸਭਸੇ ਬੜਾ ਨੁਕਸਾਨ ਵਹਾਂ ਕਾ ਇਹ ਜ਼ਿਮੀਦਾਰ ਲੋਕੋਂ ਕੋ ਹੋ ਰਹਾ ਥਾ, ਕਮ ਸੇ ਕਮ ਇਸਸੇ ਇੱਕ ਰਾਹਤ ਮਿਲੀ ਹੈ ਉਨ ਲੋਕੋਂ ਕੋ, ਪੰਜਾਬ ਕੇ ਲੋਕੋਂ ਕੋ। ਲੇਕਿਨ ਮੁਝੇ ਇਸ ਬਾਤ ਕਾ ਵੀ ਅਫਸੋਸ ਹੈ ਕਿ ਨਵਜੋਤ ਸਿੰਘ ਸਿੱਧੂ ਜਹਾਂ ਵੀ ਗਏ ਵਹੀਂ ਕੰਟਰੋਵਰਸੀ ਕਾ ਹਿੱਸਾ ਬਣ ਕਰ ਰਹੇ ਗਏ। ਸੱਤਾ ਕੇ ਪ੍ਰਤੀ ਉਨਕੀ ਲਾਲਸਾ ਐਸੇ ਗਿਰੀ ਐਸੇ ਦਿਖੀ ਕਿ ਜੋ ਉਹ ਚਾਹਤੇ ਅਗਰ ਉਨਕੋ ਪ੍ਰਾਪਤ ਹੋਤਾ ਤੋ ਠੀਕ ਹੈ, ਨਹੀਂ ਤੋ ਵੋ ਸਿਸਟਮ ਗਲਤ ਹੈ। ਆਖਿਰ 43 ਦਿਨੋਂ ਮੇਂ ਨਵਜੋਤ ਸਿੰਘ ਸਿੱਧੂ ਕਾ ਅਸਤੀਫਾ ਆਇਆ ਹੈ। 43 ਦਿਨ ਪੰਜਾਬ ਕੀ ਜਨਤਾ ਇੱਕ ਮੰਤਰੀ ਕੇ ਪਦ ਗ੍ਰਹਿਣ ਕੀ ਇੰਤਜ਼ਾਰ ਕਰਤੇ ਕਿ ਕਬ ਮੰਤਰੀ ਜੀ ਆਏਂਗੇ, ਕੁਰਸੀ ਪਰ ਬੈਠੇਂਗੇ ਔਰ ਜਨਹਿਤ ਕੇ ਫੈਸਲੇ ਕਰੇਂਗੇ। ਔਰ ਐਸਾ ਕ੍ਰਿਟੀਕਲ ਟਾਈਮ ਜਬ ਪੰਜਾਬ ਕੇ ਅੰਦਰ ਚਾਵਲ ਕੀ ਬਿਜਾਈ ਹੋਣੇ ਵਾਲੀ ਹੈ, ਐਸੇ ਸਮੇਂ ਮੇਂ ਬਿਜਲੀ ਜੋ ਸਭਸੇ ਆਵਸ਼ਕ ਚੀਜ਼ ਹੈ, ਔਰ ਬਿਜਲੀ ਮੰਤਰੀ ਕਾ ਵਹਾਂ ਨਾ ਹੋਣਾ ਔਰ ਮੁੱਖ ਮੰਤਰੀ ਕਾ ਅਨਿਰਣੇ ਕੀ ਸਥਿਤੀ ਮੇਂ ਹੋਣਾ। ਅੱਜ ਖਬਰਾਂ ਆ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਅਸਤੀਫਾ ਹੈਗਾ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਮਾਨਯੋਗ ਗਵਰਨਰ ਸਾਹਿਬ ਕੋਲ ਮਨਜ਼ੂਰ ਕਰਨ ਲਈ ਭੇਜ ਦਿੱਤਾ ਗਿਆ। ਪਰ ਮੈਂ ਸਮਝਦਾ ਕਿ ਇੰਨਾ ਲੰਬਾ ਡਰਾਮਾ ਜਿਹੜਾ ਅਸਤੀਫੇ ਦਾ ਖੇਡਿਆ ਗਿਆ 1.25 ਮਹੀਨੇ ਤੋਂ ਉੱਪਰ, ਇਹਨੇ ਰਾਜਨੀਤੀ ਅਤੇ ਸੰਵਿਧਾਨ ਨੂੰ ਇੱਕ ਮਜ਼ਾਕ ਬਣਾ ਦਿੱਤਾ। ਕਿਉਂਕਿ ਗੱਲ ਬੜੀ ਸਪਸ਼ਟ ਸੀ, ਕੈਪਟਨ ਸਾਹਿਬ ਦੀ ਕੋਈ ਮਜਬੂਰੀ ਹੋਣੀ ਹੈ, ਜਿਹੜਾ ਉਹ ਸਿੱਧੂ 'ਤੇ ਐਕਸ਼ਨ ਨਹੀਂ ਲੈ ਸਕਿਆ ਕਿ ਨਹੀਂ ਜੀ ਮਿਨਿਸਟਰ ਨੂੰ ਜਿਸ ਦਿਨ ਉਹਨਾਂ ਨੇ ਸਿੱਧਾ ਚੈਲੇਂਜ ਕਰਤਾ ਸੀ, ਸਿੱਧੂ ਨੇ ਇਹ ਕਹਿ ਕੇ ਕਿ ਕਿਹੜੇ ਕੈਪਟਨ ਦੀ ਗੱਲ ਕਰਦੇ ਹੋ, ਮੇਰਾ ਕੈਪਟਨ ਤਾਂ ਰਾਹੁਲ ਗਾਂਧੀ ਹੈ, ਉਸ ਦਿਨ ਹੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਦੀ ਕੈਬਨਿਟ 'ਚੋਂ ਛੁੱਟੀ ਕਰ ਦੇਣੀ ਚਾਹੀਦੀ ਸੀਗੀ। ਸਭ ਨੇ ਆਪਣੀ ਇੱਛਾ ਕੇ ਅਨੁਸਾਰ ਅਸਤੀਫਾ ਦਿਆ ਹੈ, ਔਰ ਮੁੱਖ ਮੰਤਰੀ ਜੀ ਚਾਹਤੇ ਥੇ ਕਿ ਉਹ ਆਪਣਾ ਨਿਆ ਡਿਪਾਰਟਮੈਂਟ ਜੁਆਇਨ ਕਰੇਂ, ਕਾਮ ਕਰੇਂ, ਕੈਬਨਿਟ ਮੇਂ ਰਹੇਂ, ਕਿਉਂਕਿ ਉਹਨੇ ਅਸਤੀਫਾ ਦਿਆ ਹੈ ਔਰ ਉਨਕੋ ਕਿਸੀ ਨੇ ਨਿਕਾਲਾ ਨਹੀਂ ਹੈ, ਆਪਣੀ ਮਰਜ਼ੀ ਸੇ ਉਹਨਾਂ ਨੇ ਅਸਤੀਫਾ ਦਿਆ ਹੈ, ਤੋ ਇਸ ਪੇ ਹਮ ਕਹਿ ਨਹੀਂ ਸਕਤੇ, ਇਸਕਾ ਜਵਾਬ ਤੋ ਸਿੱਧੂ ਸਾਹਿਬ ਕੇ ਪਾਸ ਹੀ। ਇਹ ਵਾਲੀ ਬਾਤ ਨਹੀਂ ਹੈ, ਅਭੀ ਵੋ ਪਾਰਟੀ ਕੇ ਸਾਥ ਹੈ, ਉਹਨਾਂ ਨੇ ਆਪਣੀ ਇੱਛਾ ਸੇ ਮੰਤਰੀ ਪਦ ਛੋੜਾ ਹੈ, ਔਰ ਮੈਂ ਸਮਝਤਾ ਹੂੰ ਕਿ ਵੋ ਪਾਰਟੀ ਸੇ ਅਭੀ ਜੁੜੇ ਰਹੇਂਗੇ। ਰੈਜ਼ਿਗਨੇਸ਼ਨ ਦਿੱਤਾ ਤੇ ਸੀਐਮ ਸਾਹਿਬ ਨੇ ਐਕਸੈਪਟ ਕਰ ਲਿਆ, ਸੀਐਮ ਸਾਹਿਬ ਦਾ ਜੋ ਉਹਨਾਂ ਦਾ ਬਣਦਾ ਸੀ ਉਹਨਾਂ ਨੇ ਕੀਤਾ, ਉਹਨਾਂ ਨੇ ਅਸਤੀਫਾ ਦਿੱਤਾ,
ਉਹਨਾਂ ਦੀ ਲੰਬੀ ਉਡੀਕ ਤੋਂ ਬਾਅਦ ਮੈਂ ਸਮਝਦਾ ਕਿ ਸੀ ਐਮ ਸਾਹਿਬ ਨੇ ਉਹਨਾਂ ਦੀ ਲੰਬੀ ਉਡੀਕ ਤੋਂ ਬਾਅਦ ਹੋਰ ਕੰਮ ਸੰਭਾਲਣ ਵਾਸਤੇ ਉਹ ਅਸਤੀਫਾ ਮਨਜ਼ੂਰ ਕੀਤਾ। ਨਹੀਂ, ਮੈਂ ਸਮਝਦਾ ਕਿ ਦੇਖੋ ਹਰ ਬੰਦੇ ਦੀ ਆਪਣੀ ਪੋਜੀਸ਼ਨ ਆ, ਉਹ ਕਿਸ ਪੋਜੀਸ਼ਨ 'ਚ ਕਿਉਂ ਅਸਤੀਫਾ ਦਿੱਤਾ ਹੈ ਉਹ ਜਾਣਦੇ ਨੇ, ਲੇਕਿਨ ਮੈਂ ਸਮਝਦਾ ਕਿ ਠੀਕ ਆ ਜਿਸ ਬੰਦੇ ਨੇ ਕੰਮ ਨਹੀਂ ਕਰਨਾ ਉਹ ਅਸਤੀਫਾ ਦੇ ਦੇਣਾ ਠੀਕ ਗੱਲ ਹੈ। ਜੇ ਕੰਮ ਕਰਨ ਨੂੰ ਜੀ ਨਾ ਕਰਦਾ ਹੋਵੇ, ਧੱਕੇ ਨਾਲ ਬੰਦਾ ਬੈਠਾ ਰਹੇ ਸੀਟ 'ਤੇ, ਉਹਦਾ ਕੋਈ ਫਾਇਦਾ ਨਹੀਂ। ਦੇਖੋ